good morning students today we will start the second part of lesson third which is food and health of class 5th now we will discuss about diseases diseases ki hundiyan hain bimariyan have you ever felt very weak and just wanted to lie down kade thonu weakness feel hoi hai ke thoda jee kitawe tusi bilkul lambe pai jey did you did your parents talk you to a doctor ki ਤੁਹਾਡੇ ਪੇਰੈਂਟਸ ਤੁਹਾਨੂੰ ਡਾਕਟਰ ਦੇ ਲੈ ਕੇ ਗਏ ਨੇ ਡਿਡ ਨਾਟ ਯੂ ਫੀਲ ਬੈਟਰ ਆਫਟਰ ਟੇਕਿੰਗ ਦਾ ਪ੍ਰੈਕ੍ਰੈਪਸ਼ਨ ਮੈਡੀਸਿਨਸ ਤੁਸੀਂ ਜਦੋਂ ਡਾਕਟਰ ਤੁਹਾਨੂੰ ਮੈਡੀਸਿਨ ਲਿਖ ਕੇ ਦਿੰਦਾ ਉਸ ਤੋਂ ਬਾਅਦ ਤੁਹਾਨੂੰ ਫੀਲ ਕਿਵੇਂ ਹੁੰਦਾ ਚੰਗਾ ਨਹੀਂ ਫੀਲ ਹੁੰਦਾ ਦਾ ਰੀਜ਼ਨ ਯੂ ਫੈਲਟ ਵੈਰੀ ਵੀਕ ਟਾਇਰਡ ਵਾਸ ਬਿਕਾਜ਼ ਵੀ ਵਰ ਯੂ ਵਰ ਇਲ অর ਸਿਕ ਇਹਦਾ ਰੀਜ਼ਨ ਕੀ ਹੁੰਦਾ ਜਦੋਂ ਤੁਸੀਂ ਕਮਜ਼ੋਰ ਫੀਲ ਕਰਦੇ ਥੱਕੇ ਥੱਕੇ ਮਹਿਸੂਸ ਕਰਦੇ ਹੋ ਉਦੋਂ ਅਬ मीनिंग ਕੀ ਹੁੰਦਾ ਕਿ ਤੁਸੀਂ ਬਿਮਾਰ ਡਿਜ਼ੀਜ਼ ਡਿਜ਼ੀਜ਼ ਕੀ ਹੁੰਦੀ ਹੈ ਰਾਜੇ ਬਿਮਾਰੀ ਡਿਜ਼ੀਜ਼ ਇਜ਼ ਅ ਕੰਟੀਨਿਊ ਕੰਡੀਸ਼ਨ ਇਨ ਵਿੱਚ ਬਾਡੀ ਐਂਡ অর ਮਾਈਂਡ ਆਰ ਨਾਟ ਇਨ ਅ ਹੈਲਥੀ ਕੰਡੀਸ਼ਨ ਡਿਜ਼ੀਜ਼ ਦ ਡਿਫੀਨੇਸ਼ਨ ਹੈ ਡਿਜ਼ੀਜ਼ ਉਹ ਚੀਜ਼ ਹੈ ਜਿਹਦੇ ਵਿੱਚ ਕੀ ਕੋਈ ਵੀ ਬਾਡੀ ਹੈ ਚਾਹੇ ਫਿਜ਼ੀਕਲ ਹੋ ਚਾਹੇ ਮੈਂਟਲੀ ਹੈਲਥੀ ਕੰਡੀਸ਼ਨ ਚ ਨਾ ਹੋਵੇ ਮਤਲਬ ਠੀਕ ਨਾ ਡਿਜ਼ੀਜ਼ ਆ ਟੂ ਟਾਈਪ ਆਫ ਇਹ ਬਹੁਤ ਇੰਪੋਰਟੈਂਟ ਲਾਈਨ ਹੈ ਤੁਸੀਂ ਇਹਨੂੰ ਅੰਡਰਲਾਈਨ ਕਰਨਾ ਪੁੱਤ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਜਾਂ ਕੁਝ ਵੀ ਫਿਲ ਆਪ ਆ ਸਕਦਾ ਹੈ ਨੇਮ ਦਾ ਟਾਈਪ ਆਫ ਡਿਜ਼ੀਜ਼ ਪਹਿਲੀ ਹੈ ਕਮਿਊਨੀਕੇਬਲ ਡਿਜ਼ੀਜ਼ ਸੈਕਿੰਡ ਹੈ ਨਾਨ ਕਮਿਊਨੀਕੇਬਲ ਡਿਜ਼ੀਜ਼ ਕਮਿਊਨੀਕੇਬਲ ਡਿਜ਼ੀਜ਼ ਉਹ ਹੁੰਦੀ ਹੈ ਜਿਹੜੀ ਇੱਕ ਬੰਦੇ ਤੋਂ ਦੂਸਰੇ ਪਰਸਨ ਤੋਂ ਫੈਲਦੀ ਹੈ ਤੇ ਦੂਸਰੀ ਨਾਨ ਕਮਿਊਨੀਕੇਬਲ ਜਿਹੜੀ ਇੱਕ ਪਰਸਨ ਤੋਂ ਦੂਸਰੇ ਪਰਸਨ ਤੋਂ ਨਹੀਂ ਫੈਲਦੀ ਐਗਜ਼ਾਮਪਲ ਹੁਣੀ ਦੱਸਦਾ ਨੇ ਕਮਿਊਨੀਕੇਬਲ ਡਿਜ਼ੀਜ਼ ਜਿਵੇਂ ਕੋਲਡ ਹੈ ਜੇ ਖਾਮ ਲੱਗਦਾ ਤੁਹਾਨੂੰ ਤਾ ਕਹਿੰਦੇ ਆ ਨਾ ਦੂਜੇ ਬੰਦੇ ਤੋਂ ਦੂਰ ਰਹੋ ਉਹਦਾ ਹੈਂਕੀ ਵਗੈਰਾ ਨਹੀਂ ਯੂਜ਼ ਕਰਨਾ ਕਿਉਂ ਕਿਉਂਕਿ ਉਹ ਕਮਿਊਨਿਕੇਬਲ ਡਿਜ਼ੀਜ਼ ਹੈ ਇੱਕ ਬੰਦੇ ਤੋਂ ਦੂਸਰੇ ਬੰਦੇ ਤੋਂ ਫੈਲਦੀ ਨੋਨ ਕਮਿਊਨਿਕੇਬਲ ਡਿਜ਼ੀਜ਼ ਕਿਵੇਂ ਜਿਵੇਂ ਕੈਂਸਰ ਹੈ ਟਾਈਫਾਈਡ ਹੈ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਨਹੀਂ ਫੈਲਦੀ ਹੁਣ ਆਪਾਂ ਡਿਸਕਸ ਕਰਾਂਗੇ ਕਮਿਊਨਿਕੇਬਲ ਡਿਜ਼ੀਜ਼ ਇਹਦੀ ਡੈਫੀਨੇਸ਼ਨ ਬਹੁਤ ਇੰਪੋਰਟੈਂਟ ਹੈ ਕਮਿਊਨਿਕੇਬਲ ਡਿਜ਼ੀਜ਼ ਕੈਨ ਸਪਰੈਡ ਫਰੋਮ 1 ਪਰਸਨ ਟੂ ਅਨਦਰ ਇਹਦੇ ਵਿੱਚ ਤੁਸੀਂ ਇਹ ਲਿਖੋਗੇ ਜਿਹੜੀ ਕਿ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਫੈਲਦੀ ਉਸ ਨੂੰ ਬੋਲਦੇ ਆਪਾਂ ਕਮਿਨੀਕੇਬਲ ਡਿਜ਼ੀਜ਼ ਸੱਚ ਡਿਜ਼ੀਜ਼ ਆਲਸੋ ਕਾਲਡ ਇਨਫੈਕਸ਼ੀਅਸ ਡਿਜ਼ੀਜ਼ ਇਹਦਾ ਦੂਸਰਾ ਨਾਮ ਕੀ ਹੈ ਇਨਫੈਕਸ਼ੀਅਸ ਡਿਜ਼ੀਜ਼ ਐਂਡ ਆਰ ਟ੍ਰਾਂਸਮਿਟਿਡ ਫ্রম ਵਨ ਇਨਫੈਕਟਿਡ ਆਰਗਾਨਿਜ਼ਮ ਟੂ ਅਨਦਰ ਮੀਨਸ ਜਿਹੜੇ ਬੰਦੇ ਨੂੰ ਬਿਮਾਰੀ ਹੋਈ ਹੁੰਦੀ ਹੈ ਉਸ ਤੋਂ ਦੂਸਰੇ ਬੰਦੇ ਤੱਕ ਫੈਲ ਟ੍ਰਾਂਸਮਿਟਰ ਮਤਲਬ ਫੈਲ ਕਾਜ਼ ਸਮਥਿੰਗ ਟੂ ਪਾਸ ਔਨ ਫਰੋਮ ਵਨ ਪਰਸਨ ਔਰ ਪਲੇਸ ਟੂ ਅਨਦਰ ਟ੍ਰਾਂਸਮਿਟ ਦਾ ਮੀਨਿੰਗ ਦਿੱਤਾ ਹੋਇਆ ਇਥੇ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਪਾਸ ਕਰਨਾ ਕਮਿਊਨିକਲ ਡਿਜ਼ੀਜ਼ ਆਰ ਕਾਜ਼ਡ ਬਾਈ ਮਾਈਕਰੋਬਸ ਸਚ ਐਜ਼ ਬੈਕਟੀਰੀਆ ਪ੍ਰੋਟੋਜ਼ੋਆ ਵਾਇਰਸ ਇਹ ਵੀ ਬਹੁਤ ਇੰਪੋਰਟੈਂਟ ਹੈ ਕਮਿਊਨିକੇਬਲ ਜਿਹੜੀ ਡਿਜ਼ੀਜ਼ ਹੈ ਕਿਦੇ ਥਰੂ ਫੈਲਦੇ ਨੇ ਬੈਕਟੀਰੀਆ ਪ੍ਰੋਟੋਜ਼ੋਆ ਐਂਡ ਵਾਇਰਸ ਹੈ ਤਿੰਨ ਫੈਕਟਰ ਨੇ ਜਿਹਦੇ ਥਰੂ ਇਹ ਕਮਿਊਨିକੇਬਲ ਡਿਜ਼ੀਜ਼ ਫੈਲਦੀਆਂ ਨੇ that disease causing microbes are called germs jehde hi disease eh microbes hunde ne eh jehde bimariyan phlaunde ne aapan inna nu bolde ne germs jivein tusi dato la live the ad dekhi huni hai sabun di ohde vich show karde hunde ne germs jadon oh microscope lens wagera laga ke dikhaunde ne todi body te ni kinni kinni chote chote germs hunde ne eh germs ki aapan nu dikhai ni dinde dikhai ni dinde matlab hunde apni body te hi hai ਇਸ ਲਈ ਆਪਣੀ ਬੋਡੀ ਦੀ ਸਫਾਈ ਲਗਾਤਾਰ ਆਪ ਨੂੰ ਕਰਨੀ ਚਾਹੀਦੀ ਹੈ ਹੁਣ ਜਿਵੇਂ ਗਰਮੀ ਆ ਰਹੀ ਹੈ ਨੇ ਗਰਮੀਆਂ ਦੇ ਵਿੱਚ ਐਟਲੀਸਟ 2 ਟਾਈਮਸ ਤੁਹਾਨੂੰ ਨਹਾਉਣਾ ਚਾਹੀਦਾ ਜੀ ਦੇ ਨਾਲ ਕਿਉਂ ਕਿਉਂਕਿ ਗਰਮੀਆਂ 'ਚ ਪਸੀਨਾ ਬਹੁਤ ਆਉਂਦਾ ਪਸੀਨੇ ਨਾਲ ਜਰਮਸ ਪ੍ਰੋਡਿਊਸ ਹੁੰਦੇ ਨੇ ਤੇ ਉਹਨਾਂ ਜਰਮਸ ਤੋਂ ਆਪ ਨੂੰ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਥੀਸ ਜਰਮਸ ਆਰ ਮਾਈਕਰੋਸਕੋਪਿਕ ਐਂਡ ਕੈਨ ਨਾਟ ਬੀ ਸੀਨ ਵਿਦ ਨੇਕ ਆਈਜ਼ ਇਹ ਮਾਰੇ ਜਰਮਸ ਹੁੰਦੇ ਮਾਈਕਰੋਸਕੋਪਿਕ ਬਤਲ ਐਨੇ ਛੋਟੇ ਹੁੰਦੇ ਨੇ ਵੀ ਇਹਨੂੰ ਆਪਾਂ ਨੰਗੀ ਅੱਖਾਂ ਨਾਲ ਨਹੀਂ ਦੇਖ ਸਕਦੇ ਹੋ microbes may be present in air water or food ਕਿਥੇ ਪ੍ਰੈਜ਼ੈਂਟ ਹੋ ਸਕਦੇ ਨੇ 에어 ਦੇ ਵਿੱਚ ਵੀ ਫੂਡ ਪ੍ਰੈਜ਼ੈਂਟ ਹੋ ਸਕਦੇ ਆ ਵਾਟਰ ਦੇ ਵਿੱਚ ਵੀ ਤੇ ਫੂਡ ਦੇ ਵਿੱਚ ਦਾ ਫੋਲੋਇੰਗ ਟੇਬਲ ਲਿਸਟ ਸਮ ਕਮਿਊਨੀਕੇਬਲ ਐਂਡ ਨੋ ਕਮਿਊਨੀ ਐਂਡ ਕਮਿਊਨੀਕੇਬਲ ਡਿਜ਼ੀਜ਼ ਇਹ ਟੇਬਲ ਦਿਸਿਆ ਹੋਇਆ ਹੈ ਕਮਿਊਨੀਕੇਬਲ ਡਿਜ਼ੀਜ਼ ਕਿਹੜੀਆਂ ਹੁੰਦੀਆਂ ਨੇ ਕਿਹਦੇ ਥਰੂ ਫੈਲਦੀਆਂ ਨੇ ਪਹਿਲੀ ਹੈਗੀ ਹੈ ਮੋਸਕੀਟੋ ਦੇ ਥਰੂ ਫੈਲਦੀਆਂ ਜਿਹੜੀ ਕੋਲੇਰਾ ਕੋਲੇਰਾ ਕਿਹਦੇ ਥਰੂ ਫੈਲਦੀ ਹੈ ਜਰਮਸ ਕਿਹੜੇ ਨੇ ਬੈਕਟੀਰੀਆ ਤੇ ਕਿੱਥੋਂ ਆਉਂਦੇ ਨੇ ਫੂਡ ওয়াটার ਐਂਡ 플ਾਈਸ 플ਾਈਸ મતલਬ ਮੱਖੀਆਂ ਤੋਂ ਟਾਈਫਾਈਡ ਇਹ ਵੀ ਬੈਕਟੀਰੀਆ ਥਰੂ ਫੈਲਦੇ ਨੇ ਤੇ ਕਿੱਥੋਂ ਆਉਂਦੇ ਨੇ ਫੂਡ ਐਂਡ ওয়াটার ਤੋਂ ਮਲੇਰੀਆ ਪ੍ਰੋਟੋਜੋਆ ਮੱਛਰ ਤੇ ਕੀ ਤੋਂ ਫੈਲਦੇ ਨੇ ਇਹ ਮੋਸਕੀਟੋ ਤੋਂ ਡੈਂਸਟਰੀ ਇਹ ਵੀ ਪ੍ਰੋਟੋਜੋਆ ਨਾਲ ਫੈਲਦੀ ਹੈ ਤੇ ਇਹ ਫੂਡ ਐਂਡ ওয়াটার ਤੋਂ ਫੈਲਦੇ ਨੇ ਪੋਲੀਓ ਪੋਲੀਓ ਵੀ ਵਾਇਰਸ ਹੈ ਇਹ ਆਪ ਨੂੰ ਹਵਾ ਤੋਂ ਹਵਾ ਤੋਂ ਇਨਫੈਕਟ ਕਰਦਾ ਹੈ ਡੈਂਗੂ ਫੀਵਰ डेंगू फीवर ਨੂੰ ਕੌਣ ਫੈਲਾਉਂਦੇ ਨੇ వైరਸ ਤੇ ਉਹ వైరਸ ਕਿਦੇ ਵਿੱਚ ਹੁੰਦੇ ਆ ਮੋਸਕੀਟੋਸ ਇਹ ਪੂਰਾ ਟੇਬਲ ਬਹੁਤ ਇੰਪੋਰਟੈਂਟ ਹੈ ਚਾਹੇ ਤੁਸੀਂ ਨੋਟਬੁੱਕ ਤੇ ਲਿਖ ਲਿਓ ਪਰ ਇਹ ਚੀਜ਼ਾਂ ਤੁਹਾਨੂੰ ਸਾਰੀਆਂ ਲਰਨ ਹੋਣੀਆਂ ਚਾਹੀਦੀਆਂ ਨੇ ਚਾਹੇ ਬੁੱਕ ਤੋਂ ਲਰਨ ਕਰ ਲਿਓ ਚਾਹੇ ਨੋਟਬੁੱਕ ਦੇ ਉਤਾਰ ਲਿਓ ਉਸ ਤੋਂ ਬਾਅਦ ਕਮਿਊਨੀਕੇਬਲ ਡਿਜ਼ੀਜ਼ ਮੇ ਵੀ ਕੌਜ਼ਡ অর ਸਪਰੈਡ ਬਾਈ ਥੀਜ਼ ਰੀਜ਼ਨਸ ਕਮਿਊਨੀਕੇਬਲ ਡਿਜ਼ੀਜ਼ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ ਕਿਵੇਂ ਫੈਲਦੀਆਂ ਨੇ ਥਰੂ ਐਨ ਇਨਫੈਕਟਡ ਪਰਸਨ ਜਿਹਨੋਂ ਬੰਦੇ ਨੂੰ ਪਹਿਲਾਂ ਹੀ ਬਿਮਾਰੀ ਹੋਈ ਹੁੰਦੀ ਹੈ ਉਹਦੇ ਥਰੂ ਹੀ ਮੰਨ ਲਓ ਤੁਹਾਡੇ ਚ ਤੁਹਾਡੇ ਬ੍ਰਦਰ ਸਿਸਟਰ ਨੂੰ ਕੋਈ ਕੋਲਡ ਹੋਇਆ ਹੈ ਤੁਸੀਂ ਉਹਦੇ ਨਾਲ ਖੇਡਦੇ ਰਹਿੰਦੇ ਹੋ ਉਹਦੇ ਨਾਲ ਟੱਚ ਕਰਦੇ ਰਹਿੰਦੇ ਹੋ ਉਹਦਾ ਸਮਾਨ ਯੂਜ਼ ਕਰਦੇ ਰਹਿੰਦੇ ਹੋ ਤਾਂ ਇੱਕ ਉਹ ਤੋਂ ਇੱਕ ਬੰਦੇ ਤੋਂ ਉਹ ਦੂਸਰੇ ਬੰਦੇ ਤੱਕ ਫੈਲ ਜਾਂਦੀ ਡਾਇਰੈਕਟ ਕੰਟੈਕਟ ਵਿਦ ਅ ਪਰਸਨ ਸਫਰਿੰਗ ਫ্রম ਕਮਿਊਨੀਕੇਬਲ ਡਿਜ਼ੀਜ਼ ਸਚ ਐ ਚਿਕਨਪੋਕਸ ਕਾਮਨ ਕੋਲਡ ਮੀਜ਼ਲਸ ਕਹਿੰਦੇ ਡਾਇਰੈਕਟ ਕੰਟੈਕਟ ਡਾਇਰੈਕਟ ਕੰਟੈਕਟ ਦਾ ਮਤਲਬ ਸਿੱਧਾ ਜਿਵੇਂ ਹੈਂਡਸ਼ੇਕ ਕਰਨਾ ਗਲੇ ਮਿਲਣਾ ਇਹਦੇ ਇੱਕ ਦੂਜੇ ਦੀ ਬੋਡੀ ਨੂੰ ਟੱਚ ਕਰਨ ਨਾਲ ਕੀ ਹੈ ਇਹ ਫੈਲਦੇ ਨੇ ਥਰੂ ਫੂਡ ਐਂਡ ਵਾਟਰ ਫੂਡ অর ਵਾਟਰ ਫਲਾਈਜ਼ ਐਂਡ ਮਸਕੀਟੋ ਮੱਖੀਆਂ ਤੇ ਮੱਛਰ ਜਦੋਂ ਕਹਿੰਦੇ ਸੁੱਕੀ ਜਗ੍ਹਾ ਤੇ ਬੈਠ ਦਿੰਨੇ ਸਪਰੈਡ ਜਰਮਸ ਥਰੂ ਅਨਕਵਰਡ ਫੂਡ অর ਵਾਟਰ ਜਦੋਂ ਇਹ ਮੱਖੀਆਂ ਮੱਛਰ ਆਪਣੇ ਖਾਣੇ ਉੱਤੇ ਬੈਂਦੀਆਂ ਨੇ ਨਾ ਕੀ ਹੁੰਦਾ ਇਹ ਤਾਂ ਪ੍ਰੋਸੀਜਰ ਤੇ ਪਤਾ ਕੀ ਹੁੰਦਾ ਜਦੋਂ ਕਿਸੇ ਬਾਹਰ ਕੂੜੇ ਦੇ ਢੇਰ ਤੇ ਜਾਂ ਕਿਤੇ ਹੋਰ ਗੰਦਗੀ ਥਾਂ ਤੇ ਬੈਂਦੇ ਨੇ ਮੱਖੀ ਮੱਛਰ ਇਹਨਾਂ ਦੀ ਜਿਹੜੀਆਂ ਲੈਗਸ ਨੇ ਲੈਗਸ ਦੇ ਨਾਲ ਅਟੈਚ ਹੋ ਜਾਂਦੀ ਨੇ ਉਹ ਜਰਮਸ ਫਿਰ ਉਹੀ ਮੱਖੀਆਂ ਜਦੋਂ ਉੱਡ ਕੇ ਆਪਣੇ ਨੰਗੇ ਫੂਡ ਜਿਹੜਾ ਆਪਾਂ ਕਵਰ ਨਹੀਂ ਕੀਤਾ ਹੁੰਦਾ ਠਗਿਆ ਨਹੀਂ ਹੁੰਦਾ ਉਹਦੇ ਉੱਤੇ ਆ ਕੇ ਬੈਂਦੀ ਨੇ ਤੇ ਉਹ ਜਰਮਸ ਕੀ ਹੈ ਉਹਨਾਂ ਫੂਡ ਤੇ ਟ੍ਰਾਂਸਫਰਟ ਹੋ ਜਾਂਦੇ ਨੇ ਥਰੂ ਈਅਰ ਏਅਰ ਜਰਮਸ ਇਨ ਦਾ ਏਅਰ ਮੇ ਬੀ ਐਂਟਰ ਦਾ ਬਾਡੀ ਥਰੂ ਨੋਜ਼ ਔਰ ਮਾਊਥ ਜੇ ਤੁਹਾਡੇ ਆਸ-ਪਾਸ ਵਾਲੀ 에ਅਰ ਇਨਫੈਕਟਡ ਹੈ ਤਾਂ ਉਹ 에ਅਰ ਦੇ ਵਿੱਚ ਵੀ ਫੈਲ ਸਕਦੀ ਹੈ ਕਿਦੇ ਥਰੂ ਤੁਹਾਡੇ ਨੋਸ ਐਂਡ ਮਾਉਥ ਦੇ ਵਿੱਚ ਕਿਉਂ ਆਪਾਂ ਨੋਸ ਦੇ ਥਰੂ ਆਕਸੀਜਨ ਗੈਸ ਅੰਦਰ ਲੈ ਕੇ ਜਾਂਦੇ ਹਾਂ ਨਾ ਤਾਂ ਨਾਲ ਫਿਰ ਇਹ ਜਰਮਸ ਵੀ ਆਪਣੀ ਬੋਡੀ ਦੇ ਨਾਲ ਅੰਦਰ ਚਲੇ ਜਾਂਦੇ ਨੇ ਸੱਚ ਡਿਜ਼ੀਜ਼ ਆਲਸੋ ਸਪਰੈਡ ਥਰੂ ਕਫਿੰਗ ਸਨੀਜ਼ਿੰਗ ਐਂਡ 스ਪਿਟਿੰਗ ਇਹ ਡਿਜ਼ੀਜ਼ ਹੋਰ ਕਿਹੜੇ ਤਰੀਕੇ ਨਾਲ ਕਫਿੰਗ ਖੰਘ ਨਾਲ ਸਨੀਜ਼ ਛਿੱਕਣ ਨਾਲ ਤੇ 스ਪਿਟਿੰਗ ਥੁਕਣ ਨਾਲ ਇਸ ਲਈ ਜੋ ਕਹਿੰਦੇ ਹੁੰਦੇ ਨਾ ਜੇ ਤੁਹਾਨੂੰ ਖੰਘ ਵਗੈਰਾ ਆਵੇ ਛਿੱਕ ਵਗੈਰਾ ਆਵੇ ਆਪਣੇ ਹੱਥ ਆਪਣੇ ਮਾਊਥ ਨੂੰ ਆਪਣੇ ਹੈਂਕੀ ਨਾਲ ਕਵਰ ਕਰ ਲੈਣਾ ਚਾਹੀਦਾ।